ਅਸਲਾਮ ਵਾਲੇਕੁਮ। ਤੇ ਯਾਰ ਅਸੀਂ ਅੱਜ ਜਾਂਦੇ ਪਏ ਇੱਕ ਨਵੀਂ ਜਗ੍ਹਾ ਤੇ ਪੀਜ਼ਾ ਟਰਾਈ ਕਰਨ। ਨਾ ਮਟਕਾ ਪੀਜ਼ਾ ਅਸੀਂ ਸੁਣਿਆ ਇੱਥੇ ਬੰਦਾ ਹੈ ਸ਼ਹਿਰ ਚ ਨਿਉਣ ਤੇ ਵੀ ਬੜਾ ਅੱਛਾ, ਤੇ ਉਹ ਅਸੀਂ ਚੈੱਕ ਕਰਨ ਜਾਂਦੇ ਪਏ ਯਾਰ, ਪਤਾ ਨਹੀਂ ਸਾਨੂੰ ਮਿਲਦਾ ਕਿ ਨਹੀਂ। ਤੁਸੀਂ ਨਾ ਵੇਖੋ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਜਾ ਕੇ ਮਟਕਾ ਪੀਜ਼ਾ ਕਿਵੇਂ ਦਾ ਹੁੰਦਾ, ਕਿੰਨਾ ਅੱਛਾ ਹੁੰਦਾ। ਅਸੀਂ ਬੜਾ ਉਸਦਾ ਸੁਣਿਆ, ਬੜਾ ਲੇਜ਼ਦਾਰ ਹੁੰਦਾ, ਤੇ ਉਹ ਅੱਜ ਅਸੀਂ ਤੁਹਾਨੂੰ ਚੈੱਕ ਕਰਵਾਉਣਾ ਹੈ ਮਟਕਾ ਪੀਜ਼ਾ। ਅੱਛਾ ਯਾਰ, ਫਾਈਨਲ ਅਸੀਂ ਇੱਥੇ ਪਹੁੰਚ ਕੇ ਗਏ ਹਾਂ, ਵੇਖੋ ਸਾਨੂੰ ਮਟਕਾ ਪੀਜ਼ਾ ਮਿਲਦਾ ਜਾਂ ਨਹੀਂ, ਕਿਉਂਕਿ ਰੋਜ਼ਾਂ ਦੇ ਵਿੱਚ ਅਸੀਂ ਸੁਣਿਆ ਮਟਕਾ ਪੀਜ਼ਾ ਕੋਈ ਨਹੀਂ ਮਿਲਦਾ, ਅਸੀਂ ਆਪ ਵੀ ਕੋਈ ਨਹੀਂ ਆਉਂਦੇ ਰੋਜ਼ਾਂ ਦੇ ਵਿੱਚ, ਬੜਾ ਘੱਟ ਆਉਂਦੇ ਹਾਂ। ਪਹਿਲੀ ਵਾਰੀ ਆਇਆ ਰੋਜ਼ਾਂ ਦੇ ਵਿੱਚ, ਉਹ ਵੀ ਅਸੀਂ ਕਿਤੇ ਕੰਮ ਨਿਕਲਿਆ ਸੀ ਅਤੇ ਅਸੀਂ ਆਖਿਆ ਵਾਪਸੀ 'ਤੇ ਕੋਈ ਸ਼ਾਇਦ ਖਾ ਲੈਂਦੇ ਹਾਂ, ਕਿਉਂਕਿ ਇਫਤਾਰੀ ਕੀਤੀ ਹੁੰਦੀ ਹੈ ਅਤੇ ਤੁਹਾਨੂੰ ਪਤਾ ਰੋਜ਼ਾਂ ਦੇ ਵਿੱਚ ਤਾਂ ਦਿਲ ਨਹੀਂ ਕਰਦਾ। ਮਟਕਾ ਪੀਜ਼ਾ ਸਾਨੂੰ ਇੱਥੋਂ ਵੀ ਕੋਈ ਨਹੀਂ ਮਿਲਿਆ, ਵੇਖ ਸਕਦੇ ਹੋ ਮੈਨੀਆਂ ਦੇ ਵਿੱਚ ਤੁਸੀਂ, ਮਟਕਾ ਪੀਜ਼ਾ ਸਾਨੂੰ ਕੋਈ ਨਹੀਂ ਮਿਲਿਆ। ਅਸੀਂ ਜੁਮਰ ਚੌਕ ਵੀ ਗਏ, ਇੱਥੇ ਵੀ ਆਇਆ, ਸਾਨੂੰ ਮਟਕਾ ਪੀਜ਼ਾ ਨਹੀਂ ਮਿਲਿਆ। ਅਤੇ ਬਾਕੀ ਵੇਖੋ ਹੁਣ ਭਾਈ ਆਹ ਸਭ ਸਾਜਨ ਕਿਹੜਾ ਡਿਸਾਈਡ ਕਰਦੇ, ਕਿਉਂਕਿ ਫਿਰ ਹੁਣ ਆ ਤਾਂ ਗਿਆ ਹੀ ਆ, ਕੋਈ ਨਾ ਕੋਈ ਤਾਂ ਖਾਣਾ ਹੀ ਹੈ। ਫਾਈਨਲ ਇਹਨਾਂ ਪਸੰਦ ਕਰਕੇ ਮੰਗਵਾ ਲਿਆ ਪੀਜ਼ਾ। ਪੀਜ਼ਾ ਤੁਸੀਂ ਵੇਖ ਸਕਦੇ ਹੋ ਕਿਤਨਾ ਖੂਬਸੂਰਤ ਅਤੇ ਕਿਤਨਾ ਮਤਲਬ ਕਿ ਖਾਧਾ ਅਸੀਂ, ਬੜਾ ਬਿਹਤਰੀਨ ਪੀਜ਼ਾ ਆਈ ਚਨੋਟ ਦੇ ਸਾਹਿਬ ਤੋਂ, ਅੱਛਾ ਮੁਬੈਸ਼ਰ ਵਾਲਿਆ ਤੋਂ ਵੀ ਵਧੀਆ ਇਨਾਂਦਾ ਪੀਜ਼ਾ ਆਏ। ਉਸ ਤੋਂ ਬਾਅਦ ਅਸੀਂ ਆ ਗਏ ਅਸੀਂ ਆਈਸਕ੍ਰੀਮ ਖਾਣ, ਕਿਉਂਕਿ ਭਾਈ ਆ ਸਾਡਾ ਆਈਸਕ੍ਰੀਮ ਤਾਂ ਦੇ ਲਏ। ਤਾਂ ਯਾਰ ਤੁਹਾਡੇ ਸਾਰਿਆਂ ਇੱਕ ਛੋਟੀ ਰਿਕੁਐਸਟ, ਜਿਹਨਾਂ ਭਾਈਆਂ ਸਾਡਾ ਯੂਟਿਊਬ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਵਣ ਅਤੇ ਨਾਲ ਬੈਲ ਨੋਟੀਫਿਕੇਸ਼ਨ ਔਨ ਕਰ ਲਵਣ। ਅਤੇ ਯਾਰ ਨਾਲ ਆਪਣਾ ਵੀ ਧਿਆਨ ਰੱਖਿਆ, ਕਿਉਂਕਿ ਤੁਹਾਨੂੰ ਕੁਝ ਹੋ ਗਿਆ ਅਤੇ ਸਾਡੀ ਵੀਡੀਓ ਕੌਣ ਵੇਖ ਸੀ ਗਿਆ ਹੈ। ਠੀਕ ਹੈ, ਅੱਲਾ ਹਾਫਿਜ਼।